ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਐਚਐਮਬੀਐਮਸੀਵੀਪੀ ਚੈਨਲ ਮੈਂ ਹਾਂ ਤੁਹਾਡੇ ਨਾਲ ਰੀਆ ਕਰੋਨਾ ਤੇ ਅੱਜ ਦੇ ਸਾਡੇ ਐਪੀਸੋਡ ਦੇ ਜੋ ਮਹਿਮਾਨ ਨੇ ਮਹਿਮਾਨ ਸ਼ਬਦ ਕਹਿਣਾ ਥੋੜਾ ਜਿਹਾ ਗਲਤ ਹੋਏਗਾ ਕਿਉਂਕਿ ਉਹ ਆਪ ਸਾਡੇ ਹੀ ਡਿਪਾਰਟਮੈਂਟ ਦੀ ਸਟੂਡੈਂਟ ਤੇ ਮੇਰੀ ਆਪਣੀ ਹੀ ਦੋਸਤ ਹੈ ਜਿਨ੍ਹਾਂ ਨੇ ਕੱਲ ਸਿਟੀ ਦੀ ਮਿਸ ਪੰਜਾਬਨ 2023 ਦਾ ਖਿਤਾਬ ਆਪਣੇ ਨਾਮ ਕੀਤਾ ਹੈ ਜੀ ਹਾਂ ਮੈਂ ਗੱਲ ਕਰ ਰਹੀਆਂ ਸਾਹਿਬ ਪ੍ਰੀਤ ਕੌਰ ਜੀ ਦੀ ਸਤਿ ਸ਼੍ਰੀ ਅਕਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਧੰਨਵਾਦ ਰੀਆ ਤੇ ਧੰਨਵਾਦ ਐਮਸੀਵੀਪੀ ਡਿਪਾਰਟਮੈਂਟ ਦਾ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਮੈਂ ਆਪਣੇ ਡਿਪਾਰਟਮੈਂਟ ਦੇ ਚੈਨਲ ਤੇ ਖੁਦ ਹੀ ਇੰਟਰਵਿਊ ਦੇ ਰਹੀ ਆ ਪਹਿਲਾਂ ਤੇ ਇੰਟਰਵਿਊ ਲੈਂਦੇ ਆਈਦਾ ਬਟ ਅੱਜ ਇਹੋ ਜਿਹਾ ਸਬਬ ਬਣਿਆ ਹੈ ਕਿ ਰੀਆ ਮੇਰੇ ਸਾਹਮਣੇ ਇੰਟਰਵਿਊ ਲੈ ਰਹੀ ਹੈ ਤੇ ਮੈਂ ਦੇਣ ਵਾਲੀ ਬੈਠੀ ਆ ਸੋ ਪਹਿਲਾਂ ਤਾਂ ਸਭ ਦਾ ਧੰਨਵਾਦ ਸੋ ਸਾਹਿਬ ਕਿਵੇਂ ਲੱਗ ਰਿਹਾ ਹੈ ਇਹਨਾਂ ਵੱਡਾ ਕਿਤਾਬ ਜਿੱਤ ਕੇ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਫੀਲ ਕਰ ਰਹੀ ਆ ਆਪਣੇ ਆਪ ਆਪਦੇ ਵਿੱਚ ਤੇ ਨਾਲ ਹੀ ਮੈਂ ਸਭ ਦਾ ਧੰਨਵਾਦ ਕਰਨਾ ਚਾਹੂੰਗੀ ਰੇਡੀਓ ਸਿਟੀ ਦਾ ਲੈਕ ਮੈਕੈਡਮੀ ਦਾ ਹੰਸ ਰਾਜ ਮਹਿਲਾ ਮ ਵਿਦਿਆਲੇ ਦਾ ਡਾਕਟਰ ਪ੍ਰੋਫੈਸਰ ਮਿਸਿਸ ਅਜੀਤ ਸਰੀਨ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕਰਵਾਇਆ ਕੰਪੀਟੀਸ਼ਨ ਤੇ ਪੰਜਾਬੀ ਸੱਭਿਆਚਾਰ ਲਈ ਇਹ ਬਹੁਤ ਹੀ ਵੱਡਾ ਉਪਰਾਲਾ ਸੀ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਗਿਆ ਤੇ ਅੱਜ ਦੀ ਯੂਥ ਨੂੰ ਉਹਦੇ ਪ੍ਰੇਰਿਤ ਕੀਤਾ ਗਿਆ ਕਿ ਆਪਣੇ ਵਿਰਸੇ ਨੂੰ ਸੰਭਾਲੋ ਆਪਣੇ ਵਿਰਸੇ ਨਾਲ ਜੁੜੇ ਰਹੋ ਸੋ ਸਭ ਦਾ ਧੰਨਵਾਦ ਬਹੁਤ ਹੀ ਜ਼ਿਆਦਾ ਸੋ ਸਾਹਿਬ ਜਿਵੇਂ ਕਿ ਤੁਸੀਂ ਜਰਨਲਿਜ਼ਮ ਡਿਪਾਰਟਮੈਂਟ ਦੇ ਹੀ ਸਟੂਡੈਂਟ ਹੋ ਤੇ ਅਸੀਂ ਟਾਈਮ ਟੂ ਟਾਈਮ ਇਦਾਂ ਦੇ ਪ੍ਰੋਜੈਕਟਸ ਬਣਾਨੇ ਰਹੇ ਹਾਂ ਜਿਨ੍ਹਾਂ ਨਾਲ ਸਾਡੇ ਕੰਫੀਡੈਂਸ ਵਿੱਚ ਬਹੁਤ ਹੀ ਵਾਅਦਾ ਹੁੰਦਾ ਹੈ ਸੋ ਇਨ੍ਹਾਂ ਪ੍ਰੋਜੈਕਟਸ ਨੇ ਤੁਹਾਡੇ ਜੀਵਨ ਵਿੱਚ ਕੀ ਰੋਲ ਨਿਭਾਇਆ ਹਾਂ ਬਹੁਤ ਹੀ ਵਧੀਆ ਕੁਸ਼ਨ ਰੀਆ ਤੁਸੀਂ ਮੈਨੂੰ ਪੁੱਛਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਐਮਸੀਬੀਪੀ ਡਿਪਾਰਟਮੈਂਟ ਦੇ ਜਰਨਲਿਜ਼ਮ ਤੇ ਮਾਸ ਮੀਡੀਆ ਦੇ ਸਟੂਡੈਂਟ ਹਾਂ ਰੀਆ ਜਿਵੇਂ ਤੁਹਾਨੂੰ ਪਤਾ ਹੀ ਕਿ ਆਪਾਂ ਹਮੇਸ਼ਾ ਹੀ ਪ੍ਰੋਜੈਕਟਸ ਕਰਦੇ ਆ ਰਹੇ ਹਾਂ ਤੇ ਪ੍ਰੈਕਟੀਕਲ ਕਰਦੇ ਆ ਰਹੇ ਆ ਸਾਡੇ ਡਿਪਾਰਟਮੈਂਟ ਦੇ ਐਚਓਡੀ ਮੈਮ ਰਮਾ ਮੈਮ ਅਸਿਸਟੈਂਟ ਪ੍ਰੋਫੈਸਰ ਪ੍ਰਿੰਕਾ ਮੈਮ ਤੇ ਪ੍ਰਿਆ ਮੈਮ ਜਿਹੜੀ ਕਿ ਸਾਨੂੰ ਹਰ ਕਦਮ ਤੇ ਗਾਈਡ ਕਰਦੇ ਨੇ ਸਾਨੂੰ ਐਪਰੀਸ਼ੀਏਟ ਕਰਦੇ ਨੇ ਹਰ ਇੱਕ ਪ੍ਰੋਜੈਕਟ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਐਂਡ ਅਸੀਂ ਪਿੱਛੇ ਜੇ ਤੁਹਾਨੂੰ ਜਿਵੇਂ ਰੀਆ ਆਪਾਂ ਪਤਾ ਹੀ ਆਪਾਂ ਇੱਕ ਪ੍ਰੋਜੈਕਟ ਕੀਤਾ ਹੈ ਦੋ ਹੱਥ ਫਿਲਮ ਦਾ ਸ਼ਾਰਟ ਫਿਲਮ ਹੈ ਬਹੁਤ ਆਏ ਆਡੀਅנס ਨੂੰ ਤੁਸੀਂ ਸਾਡੇ ਚੈਨਲ ਦੇ ਡਿਪਾਰਟਮੈਂਟ ਦੇ MCVP ਡਿਪਾਰਟਮੈਂਟ ਦੇ ਚੈਨਲ ਤੇ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਉਹ ਲਿੰਕ ਵੀ ਦਿੱਤਾ ਹੋਇਆ ਤੁਸੀਂ ਉਹ ਫਿਲਮ ਦੇਖ ਸਕਦੇ ਹੋ ਬਹੁਤ ਹੀ ਬਖੂਬੀ ਅਸੀਂ ਕੰਮ ਕੀਤਾ ਜਿਹਦੇ ਵਿੱਚ ਸਾਡੇ ਟੀਚਰਸ ਨੇ ਸਾਨੂੰ ਗਾਈਡ ਕੀਤਾ ਹੈ ਡਾਇਰੈਕਟ ਡਾਇਰੈਕਟ ਕੀਤਾ ਸਾਨੂੰ ਤੇ ਅਸੀਂ ਉਹਨਾਂ ਦੇ ਨਾਲ ਅਸਿਸਟ ਡਾਇਰੈਕਟ ਕੀਤਾ ਸੋ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਵਾਲੀ ਫੀਲਿੰਗ ਵੀ ਹੈ ਬਹੁਤ ਸੁਭਾਗਾ ਵਾਲੀ ਗੱਲ ਵੀ ਹੈ ਕਿ ਮੈਂ ਇਸ ਡਿਪਾਰਟਮੈਂਟ ਦਾ ਹਿੱਸਾ ਵਾਂ ਤੇ ਇਸ ਡਿਪਾਰਟਮੈਂਟ ਦੇ ਨਾ ਦੇ ਵਿੱਚ ਹੋਰ ਜ਼ਿਆਦਾ ਚਾਰ ਚੰਦ ਲਗਾਤੇ ਆ ਮੈਂ ਕਿਤਾਬ ਜਿੱਤ ਕੇ ਤੇ ਬਹੁਤ ਹੀ ਜ਼ਿਆਦਾ ਮੈਂ ਗ੍ਰੇਟਫੁਲ ਫੀਲ ਕਰ ਰਹੀ ਆ ਜੀ ਬਿਲਕੁਲ ਸੋ ਸਾਹਿਬ ਜਦੋਂ ਅਸੀਂ ਕੱਲ ਤੁਹਾਡਾ ਕੁਐਸਚਨ ਆਨਸਰਸ ਰਾਉਂਡ ਵੇਖ ਰਹੇ ਸੀਗੇ ਤੇ ਇੱਕ ਸਵਾਲ ਤੁਹਾਨੂੰ ਜਜੇਸ ਨੇ ਪੁੱਛਿਆ ਕਿ ਖੂਬਸੂਰਤ ਤੇ ਖੂਬ ਸਿਰਤ ਦੇ ਵਿੱਚ ਕੀ ਫਰਕ ਹੁੰਦਾ ਤੁਸੀਂ ਉਸ ਦਾ ਜਵਾਬ ਬਹੁਤ ਹੀ ਬਖੂਬੀ ਨਾਲ ਦਿੱਤਾ ਤੇ ਮੈਂ ਚਾਹਾਂਗੀ ਤੁਸੀਂ ਸਾਡੇ ਦਰਸ਼ਕਾਂ ਨਾਲ ਵੀ ਇਹ ਜਵਾਬ ਸਾਂਝਾ ਕਰੋ ਜੀ ਜ਼ਰੂਰੀ ਆ ਮੈਨੂੰ ਸਵਾਲ ਪੁੱਛਿਆ ਗਿਆ ਖੂਬਸੂਰਤ ਤੇ ਖੂਬਸਿਰਤ ਦੇ ਵਿੱਚ ਕੀ ਅੰਤਰ ਹੈ ਸੋ ਜਿਵੇਂ ਕਿ ਮੈਂ ਇਹਦਾ ਜਵਾਬ ਦਿੱਤਾ ਕਿ ਜਿਹੜਾ ਖੂਬ ਸੂਰਤ ਹੁੰਦਾ ਹੈ ਉਹ ਬਾਹਰਲੀ ਸੁੰਦਰਤਾ ਹੁੰਦੀ ਹੈ ਸੂਰਤ ਦੀ ਸੁੰਦਰਤਾ ਤੇ ਜਿਹੜੀ ਖੂਬ ਸੀਰਤ ਹੁੰਦੀ ਹੈ ਉਹ ਅੰਦਰਲੀ ਸੁੰਦਰਤਾ ਹੁੰਦੀ ਹੈ ਯਾਨੀ ਕਿ ਦਿਲ ਦੀ ਸੁੰਦਰਤਾ ਸੋ ਉਹਦੇ ਤੇ ਮੇਰੀਆਂ ਸਵੈ ਲਿਖਿਤ ਲਾਈਨਾਂ ਸੀ ਜਿਹੜੀਆਂ ਕਿ ਮੈਂ ਸਟੇਜ ਤੇ ਬੋਲੀਆਂ ਇਹ ਦੱਸਣ ਤੋਂ ਬਾਅਦ ਕਿ ਜਿਹੜੀ ਸੂਰਤ ਤੇ ਸੀਰਤ ਦੇ ਵਿੱਚ ਬਸ ਇੱਕ ਹੀ ਮਾਤਰਾ ਦਾ ਫਰਕ ਹੁੰਦਾ ਹੈ ਕਿ ਜਿਹੜੀ ਸੂਰਤ ਹੁੰਦੀ ਹੈ ਉਹ ਵੇਖ ਕੇ ਮਨ ਲੁਭਾ ਲਿੰਦੀ ਹੈ ਤੇ ਜਿਹੜੀ ਸੀਰਤ ਹੁੰਦੀ ਹੈ ਉਹ ਦਿਲ ਵਿੱਚ ਚਾਕੜ ਨਾਲ ਲੱਭਦੀ ਹੈ ਸੋ ਇਹੀ ਸੀ ਮੇਰਾ ਜਵਾਬ ਕਿ ਜਿਸ ਕਾਰਨ ਮੈਨੂੰ ਇਹ ਕਿਤਾਬ ਮਿਲਿਆ ਸੋ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਰਿਆ ਸੋ ਇਹ ਸੀਗੇ ਸਾਹਿਬ ਪ੍ਰੀਤ कौर ਜਿਨ੍ਹਾਂ ਨੇ ਮਿਸ ਪੰਜਾਬਨ 2023 ਦਾ ਕਿਤਾਬ ਆਪਣੇ ਨਾਮ ਕਰ ਲਈ ਐਚ ਐਮ ਵੀ ਕਾਲਜ ਦੇ ਮਾਸ ਕਮਿਊਨੀਕੇਸ਼ਨ ਵੀਡੀਓ ਪ੍ਰੋਡਕਸ਼ਨ ਡਿਪਾਰਟਮੈਂਟ ਦਾ ਨਾਮ ਹੋਰ ਰੌਸ਼ਨ ਕੀਤਾ ਤੁਸੀਂ ਇਦਾਂ ਹੀ ਜੁੜੇ ਰਹੋ ਐਮ ਸੀ ਵੀ ਪੀ ਚੈਨਲ ਦੇ ਨਾਲ ਧੰਨਵਾਦ